ਸੋ ਹਾਂਜੀ ਗਾਇਜ਼, ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਹਸਨ ਗੋਲਡ ਦੇ ਨਿਊ ਸੌਂਗ ਹੇਟਰਸ ਦੀ ਅਤੇ ਇਫੀ ਜੱਟ ਦੇ ਨਿਊ ਸੌਂਗ ਕਿਆ ਬਾਤ ਹੈ ਜੱਟ ਦੀ। ਪਹਿਲੇ ਸਭ ਤੋਂ ਹਸਨ ਗੋਲਡ ਦੇ ਸੌਂਗ ਦੀ ਵਾਇਰਲ ਲਾਈਨਸ ਆਪਾਂ ਸੁਣ ਲੈਂਦੇ ਹਾਂ। ਇਸ ਦੇ ਨਾਲ ਜੇ ਆਪਾਂ ਇਫੀ ਜੱਟ ਦੇ ਸੌਂਗ ਦੀ ਗੱਲ ਕਰੀਏ ਤਾਂ ਉਹਦੀਆਂ ਵੀ ਵਾਇਰਲ ਲਾਈਨਸ ਤੁਸੀਂ ਸੁਣ ਲਓ। ਹਸਨ ਗੋਲੀ ਦਾ ਨਿਊ ਸੌਂਗ ਆਇਆ ਸੀ ਹੇਟਰ, ਜੋ ਕਿ 2 ਦਿਨ ਪਹਿਲੇ ਹੀ ਰਿਲੀਜ਼ ਕੀਤਾ ਗਿਆ ਹਸਨ ਗੋਲੀ ਦੇ ਓਫੀਸ਼ੀਅਲ ਯੂਟਿਊਬ ਚੈਨਲ ਦੇ ਉੱਤੇ। ਅਤੇ ਇਸ ਤੋਂ ਪਹਿਲੇ ਤਕਰੀਬਨ 5 ਦਿਨ ਪਹਿਲੇ, ਯਾਨੀ ਹਸਨ ਗੋਲੀ ਦੇ ਸੌਂਗ ਤੋਂ 3 ਦਿਨ ਪਹਿਲੇ ਇਫੀ ਜੱਟ ਦਾ ਸੌਂਗ ਰਿਲੀਜ਼ ਹੋਇਆ ਸੀਗਾ, ਕਿਆ ਬਾਤ ਹੈ ਜੱਟ ਦੀ। ਉਹ ਵੀ ਹਸਨ ਇਫੀ ਜੱਟ ਦੇ ਓਫੀਸ਼ੀਅਲ ਯੂਟਿਊਬ ਚੈਨਲ 'ਤੇ ਹੀ ਰਿਲੀਜ਼ ਕੀਤਾ ਗਿਆ ਸੀਗਾ। ਯਾਨੀ ਦੋਨਾਂ ਨੇ ਆਪਣੇ ਆਪਣੇ ਸੌਂਗ ਆਪਣੇ ਓਫੀਸ਼ੀਅਲ ਯੂਟਿਊਬ ਚੈਨਲ 'ਤੇ ਹੀ ਅਪਲੋਡ ਕੀਤੇ ਸੀਗੇ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਇਫੀ ਜੱਟ ਆਪਣੇ ਸੌਂਗ ਖੁਦ ਹੀ ਲਿਖਦਾ, ਖੁਦ ਹੀ ਗਾਉਂਦਾ ਅਤੇ ਖੁਦ ਹੀ ਕੰਪੋਜ਼ ਕਰਦਾ। ਅਤੇ ਇਸ ਦੇ ਨਾਲ ਹਸਨ ਗੋਲੀ ਦਾ ਸੌਂਗ ਲਿਖਦਾ ਅਜ਼ੀਮ 545 ਅਤੇ ਹਸਨ ਗੋਲੀ ਉਹਨਾਂ ਸੌਂਗ ਤੋਂ ਗਾਉਂਦਾ ਵਾ। ਜੇ ਆਪਾਂ ਗੱਲ ਕਰੀਏ ਹਸਨ ਗੋਲੀ ਦੇ ਸੌਂਗ ਹੇਟਰ ਦੀ, ਤਾਂ ਇਹਦੇ ਤਕਰੀਬਨ 1,09,000 ਵਿਊਜ਼ ਹੋ ਚੁੱਕੇ ਨੇ। ਇਹ ਸੌਂਗ 12ਵੇਂ ਨੰਬਰ 'ਤੇ ਟਰੈਂਡਿੰਗ ਫਾਰ ਮਿਊਜ਼ਿਕ ਦੇ ਵਿੱਚ 12ਵੇਂ ਨੰਬਰ 'ਤੇ ਟਰੈਂਡ ਕਰਦਾ ਪਿਆ ਵਾ। ਅਤੇ ਹਸਨ ਗੋਲੀ ਦੇ ਇਸ ਸੌਂਗ 'ਤੇ 12,000 ਲਾਈਕਸ ਅਤੇ 1,800 ਕਮੈਂਟਸ ਪੂਰੇ ਹੋ ਚੁੱਕੇ ਨੇ। ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਕਿ ਹਸਨ ਗੋਲਡੀ ਦੀ ਫੈਨ ਫਲੋਇੰਗ ਕਾਫੀ ਜ਼ਿਆਦਾ ਹੋ ਚੁੱਕੀ ਆ। ਅਤੇ ਨਾਲ ਹੀ ਅਗਰ ਆਪਾਂ ਗੱਲ ਕਰੀਏ ਇਸ ਸੌਂਗ ਦੇ ਕੰਪੈਰੀਜ਼ਨ ਦੇ ਨਾਲ ਇਫੀ ਜੱਟ ਦੇ ਸੌਂਗ ਦੇ ਬਾਰੇ, ਇਫੀ ਜੱਟ ਦਾ ਨੇ ਉਹ ਸੌਂਗ ਕਿਆ ਬਾਤ ਹੈ ਜੱਟ ਦੀ, ਜੋ ਕਿ ਇਫੀ ਜੱਟ ਨੇ ਤਕਰੀਬਨ ਅੱਜ ਤੋਂ 5 ਦਿਨ ਪਹਿਲੇ ਅਪਲੋਡ ਕੀਤਾ ਸੀ ਆਪਣੇ ਓਫੀਸ਼ੀਅਲ ਯੂਟਿਊਬ ਚੈਨਲ 'ਤੇ। ਉਸ ਦੇ ਤਕਰੀਬਨ 33,000 ਵਿਊਜ਼ ਹੋਏ ਨੇ ਮੁਕੰਮਲ, ਅਤੇ 2,900 ਲਾਈਕਸ ਹੋਏ ਨੇ ਅਤੇ 503 ਕਮੈਂਟਸ ਹੋਏ ਨੇ। ਯਾਨੀ ਦੋ ਹਿੱਸੇ ਹਸਨ ਗੋਲਡੀ ਦਾ ਸੌਂਗਸ ਦੇ ਵਿਊ ਇਫੀ ਜੱਟ ਤੋਂ ਕਾਫੀ ਜ਼ਿਆਦਾ ਅੱਗੇ ਨੇ। ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਫੀ ਜੱਟ ਦੀ ਹੁਣ ਜ਼ਿਆਦਾਤਰ ਉਹ ਉਨੀ ਫਲੋਇੰਗ ਫੈਨ ਫਲੋਇੰਗ ਨਹੀਂ ਰਹੀ ਜਿੰਨੀ ਅੱਗੇ ਸੀਗੀ। ਲੇਕਿਨ ਮਜ਼ੀਦ ਤੁਸੀਂ ਜਾ ਕੇ ਆਪਣਾ ਇਫੀ ਜੱਟ ਦਾ ਸੌਂਗ ਸੁਣੋ। ਇਫੀ ਜੱਟ ਨੇ ਬਹੁਤ ਹੀ ਵਧੀਆ ਕੰਮ ਕੀਤਾ ਵਾ, ਅਤੇ ਬਾਈ ਨੂੰ ਸਪੋਰਟ ਕਰੋ। ਬਾਈ ਦੇ ਚੈਨਲ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ, ਜਾ ਕੇ ਚੈੱਕ ਕਰੋ। ਸੌਂਗ ਬਾਈ ਨੇ ਬਹੁਤ ਹੀ ਵਧੀਆ ਕੀਤਾ ਵਾ ਅਤੇ ਬਹੁਤ ਹੀ ਵਧੀਆ ਵੀਡੀਓ ਸ਼ੂਟ ਹੋਇਆ ਵਾ। ਬਾਕੀ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ, ਤਬ ਤੱਕ ਲਈ ਅੱਲਾ।